ਕੈਨੇਡੀਅਨ ਖਬਰਨਾਮੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 3 ਸਤੰਬਰ ਤੋਂ ਪ੍ਰਭਾਵੀ ਵਿਗ ਗਿਗ ਵਰਕਰਾਂ ਦੇ ਲਈ BC ਵਿੱਚ ਨਵੇਂ ਘਟੋਕਾ ਟੌਜ਼ਾਰਤ ਇਸ ਤਰ੍ਹਾਂ ਦੀ ਇੱਕ ਵੱਡੀ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਪ ਆਧਾਰਿਤ ਰਾਈਡ ਹੈਲਿੰਗ ਅਤੇ ਫੂਡ ਡਿਲੀਵਰੀ ਸੇਵਾਵਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ 3 ਸਤੰਬਰ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਦੇ ਕਾਰਨ ਆਪਣੇ ਕੰਮ ਕਾਜੀ ਸਥਿਤੀਆਂ ਵਿੱਚ ਮਹੱਤਵਪੂਰਨ ਸੁਧਾਰ ਦੇਖਣ ਨੂੰ ਮਿਲ ਸਕਦੇ ਨੇ ਇਹ ਤਬਦੀਲੀਆਂ ਕਟੋਕਟ ਉਜਰਤ ਵਾਲੇ ਮਹੱਤਵਪੂਰਨ ਵਾਅਦੇ ਸਮਿੱਤ ਗਿਗ ਵਰਕਰਾਂ ਲਈ ਬੁਨਿਆਦੀ ਰੋਜ਼ਗਾਰ ਮਿਆਰ ਅਤੇ ਸੁਰੱਖਿਆ ਪ੍ਰਦਾਨ ਕਰਨ ਲਈ ਸੈੱਟ ਕੀਤੀਆਂ ਗਈਆਂ ਨੇ ਜਿਸ ਵਿੱਚ ਗਿਗ ਵਰਕਰਾਂ ਲਈ ਉਜਰਤ ਦੇ ਅੰਦਰ ਵਾਅਦਾ ਵਾਧੂ ਮੁਆਵਜ਼ਾ ਅਤੇ ਲਾਭ ਪਾਰਦਰਸ਼ਤਾ ਦੇ ਵਰਕਰਾਂ ਦਾ ਅਧਿਕਾਰ ਵਰਕਰ ਸੁਰੱਖਿਆ ਤੇ ਮੁਆਵਜ਼ਾ ਕਵਰੇਜ ਰਾਈਡਿੰਗ ਹਿਲਿੰਗ ਅਤੇ ਫੂਡ ਡਿਲੀਵਰੀ ਉਦਯੋਗ ਕਿੰਨਾ ਕੁ ਵੱਡਾ ਗਿੰਗ ਵਰਕਰਾਂ ਦੇ ਲਈ ਕੱਟੋ-ਕੱਟ ਉਜਾਰਤ ਵਿੱਚ ਵਾਧੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਰਾਈਡ ਹਿਲਿੰਗ ਦੇ ਵਿੱਚ ਫੂਡ ਡਿਲੀਵਰੀ ਦੇ ਵਰਕਰਾਂ ਦੀ ਕੱਟੋ-ਕੱਟ ਉਜਾਰਤ BC ਦੀ ਮੌਜੂਦਾ ਕੱਟੋ-ਕੱਟ ਉਜਾਰਤ ਦਾ 120% ਤੈਅ ਕੀਤਾ ਜਾਵੇਗਾ। ਸੂਬੇ ਵਿੱਚ ਕੱਟੋ-ਕੱਟ ਉਜਾਰਤ ਵਾਲੇ ਇੱਕ ਜਿੱਥੇ ਇਸ ਵੇਲੇ 17 ਡਾਲਰ 40 ਸੈਂਟ ਪ੍ਰਤੀ ਘੰਟਾ ਇਸ ਦਾ ਮਤਲਬ ਇਹ ਹੋਵੇਗਾ ਗਿਗ ਜਲਦੀ ਕੱਟੋ-ਕੱਟ 2 ڈالر 88 ਸੈਂਟ ਪ੍ਰਤੀ ਘੰਟਾ ਉਹ ਕਮਾਉਣਗੇ ਇਹ ਤਨਖਾਹ ਊਬਰ ਇਟਸ ਤੇ ਨਾਲ ਨਾਲ ਹੋਰ ਜੋ ਸੋਸ਼ਲ ਐਪਸ ਨੇ ਉਹਨਾਂ ਦੇ ਉੱਪਰ ਲਾਗੂ ਕੀਤੇ ਜਾਣਗੇ ਤੇ ਊਬਰ ਵਰਗੇ ਪਲੇਟਫਾਰਮਾਂ ਤੇ ਕੰਮ ਕਰਨ ਲੱਗੇ ਕਰਮਚਾਰੀਆਂ ਤੇ ਵੀ ਇਹ ਜਿੱਥੇ ਲਾਗੂ ਕੀਤਾ ਜਾਵੇਗਾ ਤੇ ਘੱਟੋ ਘੱਟ ਜ਼ਰੂਰੀ ਗਨਤਾ ਰੁੱਝੇ ਹੋਏ ਸਮੇਂ ਆਧਾਰਿਤ ਕੀਤੀ ਜਾਂਦੀ ਹੈ ਉਹ ਸਮਾਂ ਜਦੋਂ ਕੋਈ ਕਰਮਚਾਰੀ ਕਿਸੇ ਅਨਾਇਸਮੈਂਟ ਨੂੰ ਪੂਰਾ ਕਰਨ ਲਈ ਸਵੀਕਾਰ ਕਰਦਾ ਹੈ ਅਨਾਈਸਮੈਂਟਾਂ ਵਿੱਚ ਕਾਰੂ ਡੀ ਕਰਨਾ ਦਾਇ ਸਮਾ ਗਣਨਾ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਇਸ ਲਈ 20% ਪ੍ਰੀਮੀਅਰ ਸ਼ਾਮਲ ਕੀਤਾ ਗਿਆ ਪਲੇਟਫਾਰਮ ਕੰਪਨੀਆਂ ਨੂੰ ਕਰਮਚਾਰੀਆਂ ਦੀ ਤਨਖਾਹ ਵਧਾਉਣ ਦੀ ਲੋਡ ਹੋਵੇਗੀ ਜੇਕਰ ਉਹਨਾਂ ਦੀ ਕਮਾਈ ਤਨਖਾਹ ਦੀ ਮਿਆਦ ਦੇ ਘਟੋ ਘਟੋ ਜਾਂ ਇੱਥੇ ਮਿਆਰ ਨੂੰ ਪੂਰਾ ਨਹੀਂ ਕਰਦੀ ਵਾਧੂ ਮੁਆਵਜ਼ਾ ਅਤੇ ਲਾਭ ਗਜ਼ਰਤ ਵਾਲੇ ਵਾਦੇ ਤੋਂ ਇਲਾਵਾ ਨਵੇਂ ਨਿਯਮ ਕੰਮ ਲਈ ਜਿੱਥੇ ਆਪਣੇ ਡਿਜੀਵਾਨਾਂ ਦੀ ਵਰਤੋਂ ਕਰਦੇ ਸਮੇਂ ਮਜ਼ਦੂਰਾਂ ਦੇ ਖਰਚਿਆਂ ਦੇ ਮੁਆਵਜ਼ੇ ਨੂੰ ਸੰਬੋਧਿਤ ਕਰਦੇ ਨੇ ਰਾਈਟ ਹੀਲਿੰਗ ਵਰਕਰਾਂ ਨੂੰ ਜਿੱਥੇ 0 ਡਾਲਰ 45 ਸੈਂਟ ਪ੍ਰਤੀ ਕਿਲੋਮੀਟਰ ਮਿਲੇਗਾ ਜਦੋਂ ਕਿ ਡਿਲੀਵਰੀ ਵਰਕਰਾਂ ਨੂੰ ਪ੍ਰਤੀ ਕਿਲੋਮੀਟਰ 0 35 ਸੈਂਟ ਦਾ ਮੁਆਵਜ਼ਾ ਦਿੱਤਾ ਜਾਵੇਗਾ ਖਾਸ ਤੌਰ ਤੇ ਇਹ ਦਰਾਂ ਬੀਸੀ ਦੇ ਵਿੱਚ ਵਾਹਨ ਚਲਾਉਣ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਤਿਆਰ ਕੀਤੀਆਂ ਗਈਆਂ ਨੇ ਇਨ੍ਹਾਂ ਵਾਹਨਾਂ ਤੇ 10 ਸਾਲ ਤੋਂ ਘੱਟ ਪੁਰਾਣੇ ਹੋਣ ਦੀ ਕਾਨੂੰਨੀ ਲੋੜ ਦੇ ਕਾਰਨ ਰਾਈਡਿੰਗ ਹੈਲਿੰਗ ਲਈ ਉੱਚ ਦਰਾਂ ਦੇ ਨਾਲ ਨੇ ਇਸ ਤੋਂ ਇਲਾਵਾ ਨਿਯਮ ਕਰਮਚਾਰੀ ਦੇ ਸੁਝਾਵ ਲਈ ਸੁਰੱਖਿਆ ਪੇਸ਼ ਕਰਦਣ ਪਲੇਟਫਾਰਮ ਕੰਪਨੀਆਂ ਨੂੰ ਉਹਨਾਂ ਦੀ ਰੋਕਾਂ ਜਾਂ ਕਟੌਤੀਆਂ ਕਰਨ ਤੋਂ ਮਨਾ ਕਰਦੇ ਨੇ ਪਾਰਦਰਸ਼ਤਾ ਤੇ ਵਰਕਰਾਂ ਦੇ ਜਿਹੜੇ ਅਧਿਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਨਵੇਂ ਨਿਯਮਾਂ ਦੇ ਵਿੱਚ ਪਾਰਦਰਸ਼ਤਾ ਤੇ ਜ਼ੋਰ ਦੰਦੇ ਹੋਏ ਸੁਨਿਸ਼ਚਿਤ ਕਰਦੇ ਹੋਏ ਕਿ ਪਲੇਟਫਾਰਮਸ ਕੰਪਨੀਆਂ ਕਿਸੇ ਕਰਮਚਾਰੀ ਨੂੰ ਅਸਾਈਨਮੈਂਟ ਦੀ ਪੇਸ਼ਕਸ਼ ਕਰਦੀਆਂ ਨੇ ਤਾਂ ਉਹਨਾਂ ਨੂੰ ਕੰਮ ਦਾ ਪੂਰਾ ਕਾਰਨ ਲਈ ਅਨੁਮਾਨਿਤ ਕਮਾਈ ਦਾ ਖੁਲਾਸਾ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਕੰਮਿਆਂ ਨੂੰ ਉਹਨਾਂ ਦੀ ਤਨਖਾਹ ਦੀ ਪੁਸ਼ਟੀਕਰਨ ਲਈ ਹਰ ਤਨਖਾਈ ਅਵਧੀ ਤੇ ਵਿਸਤ੍ਰਿਤ ਉਜਾਰਤ ਬਿਆਨ ਪ੍ਰਾਪਤ ਹੋਣਗੇ ਪਹਿਲੀ ਵਾਰ ਇੱਕ ਵਰਕਰਾਂ ਵਿੱਚ ਮੰਜ਼ਿਲ ਪਾਰਦਰਸ਼ਤਾ ਵੀ ਹੋਵੇਗੀ ਪਲੇਟਫਾਰਮਾਂ ਕੰਪਨੀਆਂ ਨੂੰ ਇੱਕ ਕਰਮਚਾਰੀਆਂ ਦੁਆਰਾ ਅਨਾਈਸ ਅਸਾਈਨਮੈਂਟ ਨੂੰ ਸਵੀਕਾਰ ਕਰਨ ਤੋਂ ਪਹਿਲਾਂ 300 ਮੀਟਰ ਜਿਆ ਇਸ ਦੇ ਅੰਦਰ ਸਾਰੇ ਪਿਕਅਪ ਤੇ ਡਿਲੀਵਰੀ ਟਿਕਾਣੇ ਪ੍ਰਦਾਨ ਕਰਨੇ ਚਾਹੀਦੇ ਨੇ ਇਹਦੇ ਨਾਲ ਇਹ ਬੱਸ ਦੀ ਕਿ ਇੱਕ ਵਾਰ ਸਵੀਕਾਰ ਕੀਤੇ ਜਾਣ ਤੋਂ ਬਾਅਦ ਅੰਤਿਮ ਮੰਜ਼ਿਲ ਤੱਕ ਵੀ ਖੁਲਾਸਾ ਕੀਤਾ ਜਾਣਾ ਚਾਹੀਦਾ ਜਿਸ ਨਾਲ ਕਰਮਚਾਰੀ ਨੂੰ ਨੌਕਰੇ ਦੀ ਸੁਰੱਖਿਆ ਤੇ ਇੱਛਾ ਮਲਾਂਕਣ ਕਰਨ ਦੀ ਆਗਿਆ ਮਿਲਦੀ ਹੈ ਵਰਕਰ ਸੁਰੱਖਿਆ ਅਤੇ ਮੁਆਵਜ਼ੇ ਦੀ ਕਵਰੇਜ ਦੀ ਗੱਲ ਕੀਤੀ ਜਾਵੇ ਤਾਂ ਨੌਕਰੀਆਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਨਵੇਂ ਨਿਯਮਾਂ ਦੇ ਅnder ਪਲੇਟਫਾਰਮ ਕੰਪਨੀਆਂ ਨੂੰ ਜਿੱਥੇ ਕਰਮਚਾਰੀਆਂ ਨੂੰ ਵੀ ਕਿਸੇ ਮੁੱਲਤ ਵੀ ਜਾਂ ਸਮਾਪਤੀ ਦੇ ਕਾਰਨ ਬਾਹਰ ਲਿਖਤੀ ਰੂਪ ਵਿੱਚ ਸੂਚਿਤ ਕਰਨ ਦੀ ਜ਼ਰੂਰਤ ਹੁੰਦੀ ਹੈ ਕੰਪਨੀ ਹੋਣ ਕਰਮਚਾਰੀਆਂ ਨੂੰ ਇੰਮਿੱਤੇ ਸਮੇਂ ਦੀ ਬੋਲਤ ਨਹੀਂ ਕਰ ਸਕਣਗੇ ਅਤੇ ਉਨ੍ਹਾਂ ਨੂੰ ਜਾਂ ਤਾਂ ਉਨ੍ਹਾਂ ਨੂੰ ਬਹਾਲ ਕਰਨਾ ਚਾਹੀਦਾ ਜਾਂ ਫਿਰ ਉਨ੍ਹਾਂ ਦੇ ਖਾਤਿਆਂ ਨੂੰ 14 ਦਿਨਾਂ ਦੇ ਅੰਦਰ-ਅੰਦਰ ਬੰਦ ਕਰ ਦੇਣਾ ਚਾਹੀਦਾ ਹੈ ਜਿਹੜੇ ਕਰਮਚਾਰੀ ਬਿਨਾਂ ਕਿਸੇ ਕਾਰਨ ਤੋਂ ਬਰਖਾਸਤ ਕੀਤੇ ਗਏ ਨੇ ਉਹ ਲਿਖਤੀ ਨੋਟਿਸ ਜਾਂ ਸੇਵਾ ਦੀ ਲੰਬਾਈ ਲਈ ਮੁਆਵਜ਼ੇ ਦੇ ਵੀ ਹੱਕਦਾਰ ਨੇ ਅੰਤ ਵਿੱਚ ਨਿਯਮਾਂ ਦੇ ਅੰਦਰ ਇਹ ਯਕੀਨੀ ਬਣਾਉਂਦੇ ਹੋਏ ਕਿ ਵਰਕ ਸੀ ਫੇਸੀ ਜਿੱਥੇ ਖਾਸ ਕਰਕੇ ਕਰਮਚਾਰੀਆਂ ਦੇ ਮੁਆਵਜ਼ੇ ਦੇ ਕਵਰੇਜ ਰਾਈਡ ਹੀਲਿੰਗ ਤੇ ਡਿਲੀਵਰੀ ਵਰਕਰਾਂ ਤੱਕ ਵਧੇਗੀ ਇਸ ਦਾ ਮਤਲਬ ਇਹ ਹੈ ਕਿ ਕਰਮਚਾਰੀ ਕਿਸੇ ਵੀ ਕੰਮ ਨਾਲ ਸਬੰਧਤ ਸੱਟਾਂ ਲਈ ਕਿਤਾ ਮੁਖੀ ਪੁਨਰਵਾਸ ਸੇਵਾ ਮੁਕਤ ਮੁਆਵਜ਼ੇ ਦੇ ਲਾਭ ਲਈ ਯੋਗ ਹੋਣਗੇ ਰਾਈਡ ਹੈਲਿੰਗ ਅਤੇ ਫੂਡ ਡਿਲੀਵਰੀ ਉਦਯੋਗ ਕਿੰਨਾ ਵੱਡਾ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਐਪ ਅਧਾਰਤ ਗਿਗ ਅਰਧ ਵਿਅਸਥਾ ਕਾਫੀ ਮਹੱਤਵਪੂਰਨ ਹੈ ਖਾਸ ਤੌਰ ਤੇ ਰਾਈਡ ਹੈਲਿੰਗ ਅਤੇ ਫੂਡ ਡਿਲੀਵਰੀ ਸੈਕਟਰਾਂ ਦੇ ਅੰਦਰ ਉਹ ਕਰਮਚਾਰੇ ਜੋ ਐਪ ਰਾਹੀਂ ਭੋਜਨ ਜਾਂ ਹੋਰ ਸਮਾਨ ਦੀ ਟੋਆ ਟੋਈ ਕਰਦੇ ਨੇ ਜੋ ਖਪਤਕਾਰਾਂ ਦੇ ਆਦੇਸ਼ਾਂ ਨੂੰ ਡਿਲੀਵਰੀ ਕੋਰੀਅਰਾਂ ਨਾਲ ਜੋੜਦੇ ਨੇ ਉਹਨਾਂ ਨੂੰ ਐਪ ਅਧਾਰਤ ਭੋਜਨ ਡਿਲੀਵਰੀ ਵਰਕਰਾਂ ਵਿੱਚੋਂ ਸ਼ਿਰਣੀ ਵਧ ਕੀਤਾ ਜਾਂਦਾ ਹੈ ਤੇ ਸਰਕਾਰੀ ਅੰਦਾਜ਼ੇ ਦੱਸਦੇ ਨੇ ਕਿ ਵਰਤਮਾਨ ਵਿੱਚ ਲਗਭਗ 11000 ਰਾਈਡਰ ਹੀਲਿੰਗ ਡਰਾਈਵ ਅਤੇ 27000 ਫੂਡ ਡਿਲੀਵਰੀ ਵਰਕਰ ਸਰਗਰਮੀ ਨਾਲ ਇੱਥੇ ਕੰਮ ਕਰ ਰਹੇ ਨੇ ਬ੍ਰਿਟਿਸ਼ ਕੋਲੰਬੀਆ 21 ਅਧਿਕਾਰਿਕ ਰਾਈਡਿੰਗ ਹੀਲਿੰਗ ਕੰਪਨੀਆਂ ਦਾ ਘਾਰ ਹੈ ਜਿਸ ਵਿੱਚ ਓਵਰ ਅਤੇ ਲਿਫਟ ਵਰਗੀਆਂ ਗਲੋਬਲਸ ਟਿਕਸ ਕੰਪਨੀਆਂ ਦੇ ਨਾਲ ਕਸਟਮਡ ਅਰਾਇਡਸ ਅਤੇ ਵਿਸਲ ਵਰਗੇ ਸਥਾਨਕ ਮਾਲਕੀ ਵਾਲੇ ਕਾਰੋਬਾਰ ਵੀ ਸ਼ਾਮਲ ਨੇ ਪਰ ਫੁੱਲ ਉਦਯੋਗ ਸੂਬੇ ਵਿਚਾਰਕਤਾ ਦੇ ਅੰਦਰ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਆਉਣ ਵਾਲੀ ਰੈਗੂਲੇਟਰੀ ਤਬਦੀਲੀਆਂ ਨੂੰ ਵੱਡੀ ਗਿਣਤੀ ਵਿੱਚ ਕਾਮਿਆਂ ਲਈ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦਾ ਇਹ ਤਬਦੀਲੀਆਂ ਬ੍ਰਿਟਿਸ਼ ਕੋਲੰਬੀਆ ਵਿੱਚ ਗਿਗ ਵਰਕਰਾਂ ਲਈ ਇੱਕ ਵੱਧਤਪੂਰਨ ਕਦਮ ਦੇ ਨਿਸ਼ਾਨਦੇਹੀ ਕਰਦੀ ਹੈ ਉਹਨਾਂ ਨੂੰ ਵਿੱਤੀ ਸਥਿਰਤਾ ਪਾਰਦਰਸ਼ਿਕ ਸ਼ਰਕਸ਼ਾ ਦੀ ਪੇਸ਼ਕਸ਼ ਕਰਦੀ ਹੈ ਜਿਵੇਂ ਕਿ ਇਹ ਨਿਯਮ ਅਤੈ ਨਸੰਬਰ ਤੋਂ ਲਾਗੂ ਹੁੰਦੇ ਨੇ ਉਨਾ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਐਪ ਦਾ ਅਧਾਰਿਤ ਗਿਗ ਕੰਮ ਕਰਨ ਲਈ ਨਵੇਂ ਮਿਆਰ ਨਿਰਧਾਰਤ ਕਰਨਗੇ ਤੇ ਸੰਭਵਿਤ ਤੌਰ ਤੇ ਦੂਜੇ ਖੇਤਰਾ ਵਿੱਚ ਸਮਾਨ ਤਬਦੀਲੀਆਂ ਦੇ ਪ੍ਰਭਾਵ ਕਰਨਗੇ